ਦੋਸਤੋ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ। ਅਤੇ ਅੱਜ ਗੱਲਬਾਤ ਕਰਾਂਗੇ 9 ਫਰਵਰੀ ਯਾਨੀ ਕਿ ਫਰਾਈਡੇ ਨੂੰ। ਇਸ ਫਰਾਈਡੇ ਨੂੰ ਇੱਕ ਫਿਲਮ ਰਿਲੀਜ਼ ਹੋਈ ਸੀ, ਪੰਜਾਬੀ ਫਿਲਮ, ਜਿਹਦਾ ਨਾਮ ਹੈ ਖਿਡਾਰੀ। ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਖਿਡਾਰੀ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਦੱਸਾਂਗੇ ਕਿ ਓਪਨਿੰਗ ਕਿੱਦਾਂ ਦੀ ਰਹੀ ਅਤੇ ਇਸਨੇ ਟੋਟਲ ਜਿਹੜਾ ਵਾ ਕਲੈਕਸ਼ਨ ਕਿੰਨਾ ਕੀਤਾ। ਅਤੇ ਆਓ ਫਿਰ ਵੀਡੀਓ ਸ਼ੁਰੂ ਕਰਦੇ ਹਾਂ। ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਕਰਦਾ ਕਿ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਆਪਣੇ ਭਰਾ ਦਾ ਚੈਨਲ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਵੀ ਜ਼ਰੂਰ ਕਰਿਓ। ਅਤੇ ਆਓ ਫਿਰ ਸ਼ੁਰੂ ਕਰਦੇ ਹਾਂ ਵੀਡੀਓ। ਦੋਸਤੋ ਗੁਰਨਾਮ ਭੁੱਲਰ ਅਤੇ ਕਰਤਾਰ ਚੀਮਾ ਦੀ ਫਿਲਮ ਆਈ ਆ ਖਿਡਾਰੀ, ਜਿਹੜੀ ਕਿ ਸ਼ੁੱਕਰਵਾਰ 9 ਫਰਵਰੀ ਨੂੰ ਰਿਲੀਜ਼ ਹੋਈ ਆ। ਦੋਸਤੋ ਇਸ ਫਿਲਮ ਦਾ ਜਿਹੜਾ ਓਪਨਿੰਗ ਆ ਬਹੁਤ ਢਿੱਲੀ ਰਹੀ ਹੈ, ਜਿਹਨੇ ਕਿ ਓਪਨਿੰਗ ਬਹੁਤ ਘੱਟ ਕੀਤੀ ਆ। ਪਰ ਇਸਨੇ ਜਿਹੜਾ ਵਾ 2 ਦਿਨਾਂ ਦੇ ਵਿੱਚ ਜਿਹੜਾ ਬਾਕਸ ਆਫਿਸ ਕਲੈਕਸ਼ਨ ਕੀਤਾ ਉਹ ਟੋਟਲ ਜਿਹੜਾ ਕਲੈਕਸ਼ਨ ਹੁਣ ਤੱਕ ਜਿਹੜੀ ਹੁਣ ਰਿਪੋਰਟ ਸਾਹਮਣੇ ਆਈ ਆ ਟੋਟਲ ਕਲੈਕਸ਼ਨ ਆ 30 ਲੱਖ ਰੁਪਏ ਜਿਹੜਾ ਵਾ 2 ਦਿਨਾਂ ਦੇ ਵਿੱਚ ਇਸ ਫਿਲਮ ਨੇ ਪੂਰਾ ਕੀਤਾ ਵਾ। ਅਤੇ ਅੱਜ ਸੰਡੇ ਆ ਅਤੇ ਹੋ ਸਕਦਾ ਕਿ ਇਹ ਅਪ ਥੋੜ੍ਹਾ ਜਿਹਾ ਹੋਊਗਾ, ਅੱਜ ਥੋੜ੍ਹੇ ਜਿਹੇ ਹਾਊਸਫੁੱਲ ਨੇ ਇਸ ਫਿਲਮ ਦੇ ਨੂੰ ਵੇਖਣ ਲਈ। ਅਤੇ ਬਾਕੀ ਮੈਂ ਕਹਾਂ ਕਿ ਇਸਨੇ 30 ਲੱਖ ਜਿਹੜਾ ਉਹ ਕਮਾਇਆ ਅਤੇ ਫਿਲਮ ਜਿਹੜੀ ਆ ਬਹੁਤ ਇਹਦੀ ਸ਼ੋਅ ਵੀ ਬਹੁਤ ਘੱਟ ਹੋ ਰਿਹਾ ਆ, ਸ਼ੋਅ ਬਹੁਤ ਘੱਟ ਆ ਇਸ ਫਿਲਮ ਨੂੰ ਮਿਲੇ। ਅਤੇ ਪਰ ਇਸ ਫਿਲਮ ਦੀ ਆ ਜ਼ਿਆਦਾ ਖਾਸ ਗੱਲ ਇਹ ਆ ਕਿ ਇਹ ਫਿਲਮ ਜਿਹੜੀ ਆ ਗੁਰਨਾਮ ਭੁੱਲਰ ਜੀ ਦੀ ਇੱਕ ਵੱਖਰੀ ਐਕਟਿੰਗ ਅਤੇ ਵੱਖਰੀ ਇੱਕ ਪੇਸ਼ਕਾਰੀ ਆ ਉਹਨਾਂ ਦੀ, ਵੱਖਰਾ ਉਹਨਾਂ ਨੇ ਰੋਮੈਂਟਿਕ ਰੋਲ ਹਟ ਕੇ ਥੋੜ੍ਹਾ ਜਿਹਾ ਰੋਲ ਉਹਨਾਂ ਨੇ ਸੀਰੀਅਸ ਰੋਲ ਕੀਤਾ। ਦੋਸਤੋ ਜਿਨ੍ਹਾਂ ਨੇ ਇਹ ਫਿਲਮ ਦੇਖ ਲਈ ਆ ਕਮੈਂਟ ਰਾਹੀਂ ਦੱਸਿਓ ਤੁਹਾਨੂੰ ਕਿੱਦਾਂ ਦੀ ਫਿਲਮ ਲੱਗੀ ਆ। ਜਿਨ੍ਹਾਂ ਨੇ ਨਹੀਂ ਦੇਖੀ ਇਹ ਫਿਲਮ ਜ਼ਰੂਰ ਦੇਖਿਓ, ਇੰਟਰਟੇਨਮੈਂਟ ਆ, ਇੱਕ ਫਿਲਮ ਵਧੀਆ ਵਿਸ਼ਾ ਵਾ ਅਤੇ ਤੁਸੀਂ ਦੇਖ ਸਕਦੇ ਹੋ। ਬਾਕੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।